ਅੱਜ ਕਿੰਨੇ ਕ ਹੈਪੀ ਆ ਤੁਸੀਂ ਉਹਦੀ ਸਰਪ੍ਰਾਈਜ਼ ਪਾਰਟੀ ਦੇਣੀ ਆ ਉਹਦੀ ਅੱਜ ਜਿਹੜੀ ਇਹ ਰੈਸਲਿੰਗ ਤੋਂ ਜਿੱਤ ਕੇ ਆ ਜੱਸੀ ਨੂੰ ਉਹੀ ਪਤਾ ਪਰ ਕਿੰਨੇ ਕ ਖੁਸ਼ ਆ ਤੁਸੀਂ ਉਹਦਾ ਅੱਜ ਬਰਥਡੇ ਕੇਕ ਵੀ ਕੱਟ ਰਹੇ ਆ ਅਸੀਂ ਬਹੁਤ ਜ਼ਿਆਦਾ ਖੁਸ਼ ਆ ਤਾਂ ਸਾਡੇ ਕੋਲੇ ਵਰਡਸ ਨਹੀਂ ਕਹਿਣ ਵਾਸਤੇ ਵੀ ਕਿਵੇਂ ਅਸੀਂ ਆਪਣੀ ਖੁਸ਼ੀ ਐਕਸਪ੍ਰੈਸ ਕਰੀਏ ਤੇ ਅੱਜ ਕੱਲ ਜੱਸੀ ਦਾ ਬਰਥਡੇ ਵੀ ਸੀ ਸੋ ਅਸੀਂ ਥੋੜਾ ਜਿਹਾ ਸਰਪ੍ਰਾਈਜ਼ ਉਹਦੇ ਲਈ ਹੈਗਾ ਆ ਵੀ ਕੇਕ ਕੱਟਣਾ ਆ ਪਰ ਜੱਸੀ ਨੂੰ ਪਤਾ ਨਹੀਂ ਕੋਈ ਅਸੀਂ ਸਾਰੇ ਇਕੱਠੇ ਹੋਏ ਆ ਉਹਦੇ ਅਚੀਵਮੈਂਟਸ ਲਈ ਜਿਹੜਾ ਉਹਨੇ ਗੋਲਡ ਮੈਡਲ ਜਿੱਤਿਆ ਥੈਂਕ ਯੂ ਇਹ ਆਪਣੇ ਜੱਸੀ ਦੀ ਵਾਈਫ ਦੇ ਮੰਮੀ ਡੈਡੀ ਆ सरप्राइज पार्टी कर रहे इत्थे जो जिहड़े आउंदे भंगड़े भुंगड़े सब तुहानू अज दिखावांगे असीं जस्सी दी मम्मी अजे तैयारियां कर रही सी अंदर जिंदा केक कटण दीआं कहिंदा वी सरप्राइज पार्टी दे रहे आ ਤਾਂ ਕਿੱਦਾਂ ਮਨ 'ਚ ਖਿਆਲ ਆਇਆ ਵੀ ਇਹ ਇੱਕ ਦਿਨ ਇਹ ਜਿਹੜਾ ਖੁਸ਼ੀ ਤੋਂ ਉਹਦੇ ਜਿੱਤਣ ਦੀ ਵੀ ਕਰ ਰਹੇ ਹਾਂ ਤਾਂ ਕੇਕ ਦੀ ਉਹ ਸਰਪ੍ਰਾਈਜ਼ ਦੇ ਪਹਿਲਾਂ ਸਤਿ ਸ਼੍ਰੀ ਅਕਾਲ ਜੀ ਸਾਰਿਆਂ ਨੂੰ ਜੱਸੀ ਦੇ ਚੋਣ ਵਾਲਿਆਂ ਨੂੰ ਤੇ ਜੱਸੀ ਦੇ ਸਰਪ੍ਰਾਈਜ਼ ਪਾਰਟੀ ਆ ਸੀ ਜਿੱਤੇ ਦੀ ਖੁਸ਼ੀ 'ਚ ਉਦੋਂ ਉੱਦਾਂ ਬਰਥਡੇ ਦਾ ਕੇਕ ਆ ਜੋ ਉਹਨੂੰ ਪਤਾ ਨਹੀਂਗਾ ਉਹ ਜੋਤ ਨੇ ਲੈ ਕੇ ਆਉਣਾ ਅਤੇ ਇੱਥੇ ਅਸੀਂ ਕੱਟਣਾ ਆ ਠੀਕ ਆ ਜੀ ਤਾਂ ਜਿੱਦਣ ਮੈਡਲ ਮੰਮੀ ਆ ਮੇਰੇ ਨਾਲ ਹਾਂਜੀ ਹਾਂਜੀ ਤਾਂ ਇਹਨਾਂ ਨਾਲ ਕਰ ਚੋ ਤੁਸੀਂ ਹੋਰ ਕੁਝ ਜੇ ਕਹਿਣਾ ਚਾਹੁੰਦੇ ਕਹਿ ਬੋਲ ਸਕਦੇ ਹਾਂ ਬਹੁਤ ਪ੍ਰਾਊਡ ਫੀਲ ਕਰਦੇ ਹਾਂ ਕਿ ਸਾਰੇ ਬੱਚੇ ਹੋਰ ਵੀ ਜੋ ਦੇਖਦੇ ਨੇ ਤੁਹਾਡੇ ਸ਼ੋਅ ਨੂੰ ਦੇਖਣਗੇ ਉਹ ਇਹਨਾਂ ਬੱਚਿਆਂ ਨੂੰ ਦੇਖਣ ਵੀ ਜੇ ਤੁਸੀਂ ਹਾਰਡ ਵਰਕ ਕਰਦੇ ਹਾਂ ਤੁਸੀਂ ਕੁਝ ਵੀ ਅਚੀਵ ਕਰ ਸਕਦੇ ਹਾਂ ਸਹੀ ਗੱਲ ਹੈ ਸੋ ਜੋ ਹੁਣ ਅੱਜ ਤੁਸੀਂ ਦੇਖ ਹੀ ਰਹੇ ਹੋ ਵੀ ਤੁਸੀਂ ਜਾਣਦੇ ਹਾਂ ਛੋਟੇ ਹੁੰਦੇ ਤੋਂ ਜੱਸੀ ਨੂੰ ਤੁਹਾਡੇ ਨਾਲ ਉਹ ਪ੍ਰੈਕਟਿਸ ਕਰਦਾ ਆ ਸੋ ਦੇਖੋ ਉਹਦੀਆਂ ਅਚੀਵਮੈਂਟਸ ਲਾਈਕ ਅਸੀਂ ਬਹੁਤ ਪ੍ਰਾਊਡ ਫੀਲ ਕਰਦੇ ਹਾਂ ਤੇ ਆਪਣੀ ਸਾਰੀ ਕਮਿਊਨਿਟੀ ਲਈ ਵੀ ਬਹੁਤ ਪ੍ਰਾਊਡ ਫੀਲਿੰਗ ਆ ਤੇ ਬੱਚੇ ਇਹਨਾਂ ਨੂੰ ਦੇਖ ਕੇ ਸਗੋਂ ਦੀ ਇੱਧਰਲੇ ਪਾਸੇ ਲੱਗਣ ਹੋਰ ਤੇ ਆਪਣਾ ਫਿਊਚਰ ਬਣਾਉਣ ਅਸੀਂ ਸਾਨੂੰ ਸਮਝਦਾ ਵੀ ਤੁਹਾਡੀ ਲੜਕੀ ਬਹੁਤ ਲੱਕੀ ਹੈ ਜਿਹਨੂੰ ਜੱਸੀ ਮਿਲਿਆ ਜਿੱਦਾਂ ਵੇ ਕਹਿਣਾ ਵੀ ਪਰਿਵਾਰ ਨੂੰ ਤਾਂ ਜਿਹੜੇ ਇਦਾਂ ਦੇ ਲੜਕੇ ਅਸੀਂ ਸਮਝ ਲਓ ਅਸੀਂ 6-6 ਸਾਲ ਦੇ ਜਿਹੜੇ ਬੱਚੇ ਸਾਡੇ ਕੋਲ ਆ ਜਾਂਦੇ ਸਕੂਲ 'ਚ ਅਸੀਂ ਉਹਨਾਂ ਦੇ ਆਈਡਲ ਇਹ ਭਲਵਾਨ ਆ ਜਿਹਨਾਂ ਨੂੰ ਅਸੀਂ ਦੱਸਦੇ ਵੀ ਇੱਦਾਂ ਦੇ ਰੈਸਲਰ ਬਣੋ ਤਾਂ ਤੁਸੀਂ ਜਿਹੜਾ ਆਪਣਾ ਬੱਚਾ ਇੰਨਾ ਲਾੜਨਾ ਪਾਲਿਆ ਤੁਸੀਂ ਉਹਦੇ ਬਾਰੇ ਹੋਰ ਕੀ ਕਹਿਣਾ ਚਾਹੁੰਦੇ ਆ ਪਰਮਾਤਮਾ ਦੀ ਮਿਹਰ ਨਾਲ ਹੁਣ ਜਦੋਂ ਵੀ ਕਿਤੇ ਜਾਂਦੇ ਆ ਨਾ ਤੇ ਬਹੁਤ ਜ਼ਿਆਦਾ ਪ੍ਰਾਊਡ ਹੁੰਦਾ ਰਾਤੀ ਵੀ ਕਨਵੀ ਦੀ ਸਿਸਟਰ ਦਾ ਵਿਆਹ ਸੀ ਤੇ ਉੱਥੇ ਇੰਦਰਜੀਤ ਭਾਅ ਜੀ ਹੁਣਾਂ ਦੇ ਕੋਈ ਸੀਗੇ ਹੈ ਨਾ ਉਹ ਮੇਰੇ ਕੋਲ ਸਪੈਸ਼ਲੀ ਆਏ ਜਦੋਂ ਅਸੀਂ ਆਉਣ ਲੱਗੇ ਤੇ ਉਹ ਕਹਿੰਦੇ ਵੀ ਭੈਣ ਜੀ ਤੁਹਾਡਾ ਮੁੰਡਾ ਬਹੁਤ ਵਧੀਆ ਤਾਂ ਮੈਂ ਤਾਂ ਮਹਾਰਾਜ ਦਾ ਸ਼ੁਕਰਾਨਾ ਕਰਦੀ ਵੀ ਮੈਂ ਉਹਦੀ ਮੰਮੀ ਹਾਂ ਕਿ ਮੈਂ ਤਾਂ ਪਾਲਿਆ ਹੀ ਹਾਂ ਬਾਕੀ ਹੁਣ ਪੁੱਲੇ ਨੂੰ ਵੀ ਮੈਂ ਪਾਲਿਆ ਪੁੱਲੇ ਨੇ ਮੈਨੂੰ ਇੰਨੀ ਅਚੀਵਮੈਂਟ ਨਹੀਂ ਦਿੱਤੀ ਨਹੀਂ ਠੀਕ ਆ ਕੁੜੀਆਂ ਵੀ ਜੰਗ ਬੱਚੇ ਆਏ ਉਹ ਕਹਿੰਦੇ ਤੁਸੀਂ ਜੱਸੀ ਦੀ ਮਾਮੇ ਆ ਜਿੱਦਾਂ ਮੈਨੂੰ ਬਹੁਤ ਵਧੀਆ ਲੱਗਾ ਵੀ ਅਕਸਰ ਬੱਚੇ ਨੇ ਕੁਛ ਕੀਤਾ ਆ ਤੇ ਕੋਈ ਉਹਦੇ ਨਾਂ ਕਰਕੇ ਮੈਨੂੰ ਪਛਾਣਦਾ ਆ ਹਾਂਜੀ ਨਹੀਂ ਨਹੀਂ ਬਹੁਤ ਬਹੁਤ ਪ੍ਰਾਊਡ ਆ ਸਾਨੂੰ ਵੀ ਉਹਦੇ ਮਾਂ ਪਿਓ ਨੂੰ ਵੀ ਇਦਾਂ ਤੁਹਾਨੂੰ ਸਾਰਿਆਂ ਨੂੰ ਆ ਅਸੀਂ ਸਾਰਿਆਂ ਦੇ ਬੱਚੇ ਇਦਾਂ ਹਾਂਜੀ ਹਾਂਜੀ ਤੁਸੀਂ ਕੁਝ ਕਹਿਣਾ ਚਾਹੁੰਦੇ ਮਾਜੀ ਠੀਕ ਹੈ ਜੀ ਬਾਬਾ ਚਾਹ ਬਹੁਤ ਇਹ ਸਾਰੇ ਪ੍ਰਾਊਡ ਆ ਜਿਸੀ ਕਹਿੰਦੇ ਸੀ ਵੀ ਇੱਕ ਜੋਤ ਵੀ ਲੱਕੀ ਆ ਉਹਨੂੰ ਅਸੀਂ ਸਾਰੇ ਐਕਚੁਅਲੀ ਐਜ਼ ਅ ਫੈਮਲੀ ਬਹੁਤ ਲੱਕੀ ਆ ਵੀ ਸਾਨੂੰ ਜੱਸੀ ਵਧੀਆ ਆਪਣਾ ਦੂਜਾ ਸਨ ਮਿਲਿਆ ਹੈ ਕੀ ਬਾਤ ਹੈ ਇਹਨੇ ਨੇ ਬਹੁਤ ਵਧਿਆ ਇਹ ਪਰਿਵਾਰ ਜਿਹੜੇ ਆ ਕਹਿੰਦੇ ਕੁੜੀਆਂ ਦੇ ਭਾਗ ਜਿਹੜੇ ਲਿਖੇ ਹੁੰਦੇ ਆ ਵੀ ਜਿੱਦਾਂ ਆਪ ਵੀ ਨਾਈਸ ਆ ਬਹੁਤ ਇੱਕ ਜੋਤ ਜਨਾ ਤਾਂ ਬਹੁਤ ਸੋਹਣੀ ਜੋੜੀ ਪਰਿਵਾਰ ਨੂੰ ਬਹੁਤ ਸੋਹਣਾ ਪਰਿਵਾਰ ਮਿਲਿਆ ਤੁਹਾਨੂੰ ਅਸੀਂ ਚਾਹੁੰਦੇ ਆ ਵੀ ਇਹ ਇਦਾਂ ਹੀ ਖੁਸ਼ ਰਹਿਣ ਸਦਾ ਹੀ ਸਾਰੇ ਉਹਨਾਂ ਨੂੰ ਆਸ਼ੀਰਵਾਦ ਦੇਣ ਆਸ਼ੀਰਵਾਦ ਦੀ ਲੋੜ ਹੈ ਰੱਖੇ ਤੇ ਸਾਰੇ ਹਾਂਜੀ ਉਹਨਾਂ ਨੂੰ ਇਹੀ ਅਸੀਸਾਂ ਦੇਣ ਵੀ ਇਹ ਖੁਸ਼ ਰਹਿਣ ਖੁਸ਼ ਥੈਂਕ ਯੂ ਜੀ ਥੈਂਕ ਯੂ ਧੰਨਵਾਦ ਤੁਹਾਡਾ ਜੱਸੀ ਦੀਆਂ ਖੁਸ਼ੀਆਂ ਵਿੱਚ ਅੱਜ ਜਿਹੜੀ ਉਹਦੇ ਜਿੱਤੇ ਦੀ ਖੁਸ਼ੀ ਵਿੱਚ ਬਰਥਡੇ ਦੇ ਉਹਦੇ ਪਾਰਟੀ ਸਰਪ੍ਰਾਈਜ਼ ਦੇ ਵਿੱਚ ਅੱਜ ਸੁੱਖ ਧਾਰੀਵਾਲ ਆਏ ਆ ਇਹਨਾਂ ਤੋਂ ਪੁੱਛਦੇ ਆ ਜਿਹੜੇ ਇਦਾਂ ਦੇ ਬੱਚੇ ਸਾਡੇ ਹੋਣ ਹਾਰੇ ਆ ਉਹਨਾਂ ਬਾਰੇ ਕੀ ਕਹਿਣਾ ਚਾਹੁੰਦੇ ਆ ਤੁਸੀਂ ਹਾਂਜੀ ਸਾਨੂੰ ਪਹਿਲਾਂ ਤਾਂ ਇਹ ਆ ਵੀ ਜੱਸੀ ਸੋਤਾ ਜਦੋਂ ਆਪਾਂ ਗੱਲ ਕਰਦੇ ਹਾਂ ਇਹ ਰੋਲ ਮਾਡਲ ਆ ਸਾਡੇ ਜਿਹੜੇ ਯੰਗ ਜਨਰੇਸ਼ਨ ਆ ਉਹਨਾਂ ਲਈ ਔਰ ਆਉਣ ਵਾਲੇ ਫਿਊਚਰ ਲਈ ਅਸੀਂ ਹਮੇਸ਼ਾ ਨੈਗੇਟਿਵ ਨਿਊਜ਼ ਦੇਖਦੇ ਹਾਂ ਪਰ ਜਦੋਂ ਦੇਖਦੇ ਹਾਂ ਜੱਸੀ ਵਰਗੇ ਬੱਚੇ ਜਿਨ੍ਹਾਂ ਨੇ ਮਿਹਨਤ ਕਰਕੇ ਜਿਹੜਾ ਇਹ ਨਾਂ ਕਮਾਇਆ ਔਰ ਇਹ ਅਚੀਵਮੈਂਟਸ ਕੀਤੀਆਂ ਇਹ ਛੋਟੀ ਗੱਲ ਨਹੀਂ ਇਹ ਬਹੁਤ ਵੱਡੀ ਗੱਲ ਆ ਇਹ ਇਕੱਲੇ ਸੋਤੇ ਪਰਿਵਾਰ ਲਈ ਨਹੀਂ ਇਨਫੈਕਟ ਜਦੋਂ ਗੱਲ ਕਰਦੇ ਹਾਂ ਦੋਨਾਂ ਪਰਿਵਾਰਾਂ ਦੀ ਦੋਨਾਂ ਦੇ ਕਰੂ ਕਿਉਂ ਇਹ ਉਹ ਇਕੱਲੀ ਉੱਥੇ ਹੀ ਗੱਲ ਨਹੀਂ ਨਿਬੜਦੀ ਹੈਗੀ
गल जी है, चाहे सोता परिवार की गल करिए, संधु परिवार की गल कर लिए, इन्हों का दोहां परिवारों का हुण इस वेले उह चन्न मुखड़ा वा जस्सी, पर एट द सेम टाइम साडी कौम का और साडे देश कैनेडा का जिहड़ा हैगा एक रोल मॉडल, एक वो इंसान आ बच्चा वा जिहड़ा हमेशा ही, मैं कहना कि जे ये तो सीध लैके चलणगे तो बहुत सारे बच्चे आने वाले समय के जिहड़े हैगे ने वो पॉजिटिव वाले पासे नूं जाणगे और साडी जिहड़ी हैगी ग्रोथ जिहड़ी हैगी यंग पीपल दी उधर नूं जिहड़ी हैगी पॉजिटिव पासे नूं जाऊ। कहिंदे ने ना भई जी आ नैगेटिव न्यूज़ एवरीवेयर, राइट, पर जदों आपां इहो जिहे बच्चे जिहड़े आ उन्हां नूं शोकेस करना चाहिए। ਜਿੱਦਾਂ ਤੁਸੀਂ ਇਹ ਜਿਹੜਾ ਸਾਰਾ ਜਿਹੜੇ ਆਪਣੇ ਮੀਡੀਆ ਵਾਲੇ ਆ, ਤੁਸੀਂ ਉਹਨਾਂ ਦਾ ਕਸੂਰ ਸਮਝਦੇ ਆ ਕਿ ਆਪਣੇ ਜਿੱਦਾਂ ਸਮਝ ਲਓ ਇੱਥੇ ਜਿੱਦਾਂ ਹਰੇਕ ਕੰਟਰੀ 'ਚ ਕੋਈ ਨਾ ਕੋਈ ਗੈਂਗਸਟਰ ਜੇ ਆ ਜਿਹਨਾਂ ਨੂੰ ਦਿਖਾਲਦੇ ਆ, ਜਿਹੜੇ ਇੱਦਾਂ ਦੇ ਹੋਣਹਾਰ ਲੜਕੇ ਆ ਜਾਂ ਕੋਈ ਪਲੇਅਰ ਆ, ਅਸੀਂ ਜਿਹੜੇ ਨਿਊਜ਼ ਵਾਲੇ ਉਹਨਾਂ ਨੂੰ ਘੱਟ ਦਿਖਾਲਦੇ ਹਾਂ, ਕਿ ਉਹਦਾ ਇਫੈਕਟ ਪੈ ਰਿਹਾ? ਦੇਖੋ ਮੀਡੀਆ ਜਿਹੜਾ ਵਾ ਉਹ ਬਹੁਤ ਕੰਸਟਰਕਟਿਵ ਰੋਲ ਅਦਾ ਕਰਦਾ ਔਰ ਕਰ ਸਕਦਾ ਜਦੋਂ ਆਪਾਂ ਗੱਲ ਕਰਦੇ ਹਾਂ, ਕਿਉਂਕਿ ਅਸੀਂ ਜਦੋਂ ਗੱਲ ਕਰਦੇ ਹਾਂ ਅਸੀਂ 2 ਨਹੀਂ 4 ਨਹੀਂ 10 ਨਹੀਂ 15 ਨਹੀਂ 50 100 ਨੂੰ ਜਾ ਕੇ ਜਿਹੜਾ ਵਾ ਪਰਸਨਲ ਤੌਰ 'ਤੇ ਦੱਸ ਸਕਦੇ ਹਾਂ, ਪਰ ਜਿਹੜਾ ਮੀਡੀਆ ਹੈਗਾ ਇਹ ਮੈਸੇਜ ਤੱਕ ਪਹੁੰਚ ਸਕਦਾ। ਠੀਕ ਹੈ, ਮੀਡੀਆ ਜੇ ਜਦੋਂ ਕੰਸਟਰਕਟਿਵ ਰੋਲ ਅਦਾ ਕਰਦਾ ਹੈਗਾ ਤਾਂ ਉਹਦੇ ਨਾਲ ਜਿਹੜਾ ਹੈਗਾ ਸਾਡੀ ਸੁਸਾਇਟੀ ਜਿਹੜੀ ਹੈ ਉਹ ਇੱਕ ਬੈਟਰ ਸੁਸਾਇਟੀ ਹੋ ਕੇ ਉੱਭਰਦੀ ਆ ਔਰ ਸਾਡਾ ਸਮਾਜ ਜਿਹੜਾ ਹੈਗਾ ਉਹ ਇੱਕ ਬੈਟਰ ਸਮਾਜ ਹੋ ਕੇ ਨਿਬੜਦਾ। ਕੀ ਕਾਰਨ ਹੈ ਜਿੱਦਾਂ ਸਾਰੇ ਆਪਣੇ ਸਰੀ 'ਚ ਆਉਣ ਨੂੰ ਡਰ ਰਹੇ ਆ, ਜਿੱਦਾਂ ਵੀ ਜਿੱਧਰੋਂ ਵੀ ਕੋਈ ਕਰ ਰਿਹਾ, ਜਿੱਦਾਂ ਆਪਾਂ ਇੱਥੇ ਗੋਲੀ ਦਾ ਵੀ ਦਿਖਾ ਰਹੇ ਹਾਂ, ਇੱਥੇ ਇੰਨੇ ਕੁ ਰੈਸਲਰ ਦੀਆਂ ਕਲੱਬਾਂ ਆ, ਕਬੱਡੀ ਵਾਲੇ ਆ, ਹੋਰ ਆ, ਵੀ ਆਪਾਂ ਜਿਹੜੇ ਗੇਮ ਵਾਲਿਆਂ ਨੂੰ ਨਹੀਂ ਆਪਾਂ ਦਿਖਾ ਰਹੇ ਜ਼ਿਆਦਾ। ਜਿੱਦਾਂ ਦੇਖੋ ਆਪਾਂ ਇਹ ਕਹਿਣਾ ਕਿ ਸਰੀ 'ਚ ਆਉਣ ਨੂੰ ਨਹੀਂ, ਅਸੀਂ ਵੀ ਸਰੀ ਦੇ ਵਿੱਚ ਹੀ, ਮੈਂ ਆਪਣੇ ਬੱਚੇ ਮੇਰੇ ਵੱਡੇ ਹੋਏ ਇੱਥੇ ਹੀ, ਮੇਰਾ ਪਰਿਵਾਰ ਰਹਿੰਦਾ ਇੱਥੇ ਹੀ, ਮੇਰਾ ਬਿਜ਼ਨਸ ਆ, ਔਰ ਸਰੀ ਜਿਹੜੀ ਹੈਗੀ ਆ ਇੱਕ ਬੜੀ ਡਾਇਨਮਿਕ ਕਮਿਊਨਿਟੀ ਹੈਗੀ ਆ ਔਰ ਇੱਥੇ ਜਿਹੜਾ ਹੈਗਾ ਇੱਕ ਫਾਸਟੈਸਟ ਗਰੋਇੰਗ ਕਮਿਊਨਿਟੀ ਵੀ ਜ਼ਰੂਰ ਆ। ਜਦੋਂ ਫਾਸਟੈਸਟ ਗਰੋਇੰਗ ਕਮਿਊਨਿਟੀ ਹੋਵੇ ਉਹਦੇ ਨਾਲ ਜਿਹੜੇ ਚੈਲੇਂਜਸ ਵੀ ਆਉਂਦੇ ਹੈਗੇ ਆ, ਪਰ ਉਹ ਚੈਲੇਂਜਸ ਜਿਹੜੇ ਨੇ ਉਹ ਇਕੱਲਾ ਨਹੀਂ ਨਜਿੱਠ ਸਕਦਾ, ਵੀ ਹੈਵ ਟੂ ਕਮ ਟੂਗੈਦਰ ਐਜ ਏ ਸੁਸਾਇਟੀ ਐਂਡ ਉਹਦੇ ਨਾਲ ਸਾਨੂੰ ਜਿਹੜਾ ਡੀਲ ਕਰਨਾ ਪਊਗਾ। ਪਿੱਛੇ ਹੁਣ ਕਾਮਨਵੈਲਥ ਗੇਮਸ ਹੋ ਕੇ ਹਟੀਆਂ, ਹਾਂਜੀ, ਉਹਦੇ ਵਿੱਚ ਸਾਡੇ 3 ਬੱਚੇ ਜਿਹੜੇ ਨੇ ਪੰਜਾਬੀ, 2 ਜਿਹੜੇ ਨੇ ਗੋਲਡ ਮੈਡਲਿਸਟ, ਇੱਕ ਬ੍ਰੌਂਜ ਮੈਡਲ ਲੈ ਕੇ ਆਇਆ, ਔਰ ਜਦੋਂ ਆਪਾਂ ਉਹਨਾਂ ਬੱਚਿਆਂ ਦੀ ਵੀ ਗੱਲ ਕਰਦੇ ਹੈਗੇ ਹਾਂ, ਚਾਹੇ ਉਹ ਕੂਟਕਾ ਪਰਿਵਾਰ ਦੀ ਗੱਲ ਕਰ ਲਈਏ, ਚਾਹੇ ਢੇਸੀ ਪਰਿਵਾਰ ਦੀ ਗੱਲ ਕਰ ਲਈਏ, ਰੰਧਾਵਾ ਪਰਿਵਾਰ ਦੀ ਗੱਲ ਕਰ ਲਈਏ, ਅਤੇ ਉਹ ਜਿਹੜੇ ਪਰਿਵਾਰ ਨੇ ਉਹਨਾਂ ਦੀ ਵੀ ਬੜੀ ਵੱਡੀ ਦੇਣ ਆ। ਹੁਣ ਆਪਾਂ ਜੇ ਜੈਸੀ ਦੇ ਗੱਲ ਕਰਦੇ ਹਾਂ, ਪਾਲ ਨੇ ਵੀ, ਰਿਸ਼ਪਾਲ ਨੇ ਇਹਦੇ ਵਿੱਚ ਬਹੁਤ ਵੱਡਾ ਰੋਲ ਅਦਾ, ਉਹਨੂੰ ਲੈ ਕੇ ਜਾਣਾ ਔਰ ਮਾਂ ਦਾ ਰੋਲ ਇੱਕ ਬਹੁਤ ਵੱਡਾ ਹੋਇਆ ਕਰਦਾ, ਠੀਕ ਹੈ ਨਾ, ਕਿਉਂਕਿ ਪ੍ਰੋਪਰਲੀ ਉਹਨਾਂ ਨੂੰ ਖੁਰਾਕ ਦੇਣੀ, ਸਮੇਂ ਸਿਰ ਤਿਆਰ ਕਰਨਾ, ਸੋ ਇਹ ਜਿਹੜੀਆਂ ਚੀਜ਼ਾਂ ਹੈਗੀਆਂ ਇਹਦੇ ਵਿੱਚ ਪਰਿਵਾਰ ਜਿਹੜੇ ਨੇ ਉਹ ਵਧਾਈ ਦੇ ਪਾਤਰ ਨੇ। ਉਹ ਇਨਫੈਕਟ ਜਿਹੜੀਆਂ ਮਾਵਾਂ ਨੇ, ਮੈਂ ਤਾਂ ਉਹਨਾਂ ਨੂੰ ਕਹਿੰਦਾ ਵੀ ਸਜਦਾ ਕਰਦਾ ਵੀ ਜਿਹੜੀਆਂ ਨੇ ਇਹ ਜਿਹੜੇ ਬੱਚੇ ਨੇ ਜਿਹਨਾਂ ਨੂੰ ਜਾਨ ਦੇ ਕੇ ਔਰ ਉਹਨਾਂ ਨੂੰ ਜਿਹੜੇ ਸਾਡੀ ਕਮਿਊਨਿਟੀ ਦੇ ਚੰਨ ਮਨਾਰਾ ਬਣਾਇਆ ਹੈਗਾ। ਬਹੁਤ ਧੰਨਵਾਦ ਜੀ, ਤੁਹਾਨੂੰ ਰੋਸਤਮ ਦੇ ਆਵਾਜ਼ ਲੈਂਦੇ ਪੰਜਾਬ ਤਾਂ ਚੜ੍ਹਦੇ ਪੰਜਾਬ ਸਾਰੇ ਦੇਖ ਰਹੇ ਆ। ਇਹ ਸੀਗੇ ਸੁੱਖ ਧਾੜਿਆਲ, ਤੁਸੀਂ ਐਂਡ 'ਚ ਕੀ ਮੈਸੇਜ ਦੇਣਾ ਚਾਹੁੰਦੇ ਆ ਆਪਣੇ ਵੱਲੋਂ? ਮੈਸੇਜ ਇੱਕੋ ਹੀ ਆ, ਦੇਖੋ ਅਸੀਂ ਬੜੀਆਂ ਮੱਲਾਂ ਮਾਰੀਆਂ ਨੇ ਐਜ਼ ਏ ਕਮਿਊਨਿਟੀ, ਦੇਖਿਆ ਜਾਵੇ ਫਾਈਨੈਂਸ਼ਲੀ ਬੜੀ ਤਰੱਕੀ ਕੀਤੀ ਆ, ਅਸੀਂ ਚੰਗੇ ਕਾਮੇ ਵੀ ਹੋਏ ਆ ਹਰ ਇੱਕ ਫੀਲਡ ਦੇ ਵਿੱਚ, ਅੱਜ ਜਿਹੜਾ ਹੈਗਾ ਉਹਦੇ ਵਿੱਚ ਜਿਹੜੀ ਆ ਪੰਜਾਬੀ ਕਮਿਊਨਿਟੀ ਨੇ ਜਿਹੜੀ ਆ ਉਹ ਆਪਣੀ ਧਾਕ ਜਮਾਈ ਹੈਗੀ ਆ, ਪਰ ਅੱਜ ਸਾਨੂੰ ਲੋੜ ਹੈਗੀ ਸਾਡੇ ਬੱਚਿਆਂ 'ਤੇ ਸਾਨੂੰ ਫੋਕਸ ਕਰਨ ਦੀ, ਕਿਉਂਕਿ ਬੱਚੇ ਸਾਡਾ ਕੌਮ ਦਾ ਸਰਮਾਇਆ, ਬੱਚੇ ਸਾਡੇ ਦੇਸ਼ ਕੈਨੇਡਾ ਦਾ ਸਰਮਾਇਆ, ਔਰ ਜਦੋਂ ਅਸੀਂ ਬੱਚਿਆਂ 'ਤੇ ਫੋਕਸ ਕਰਾਂਗੇ ਤਾਂ ਜਿਹੜਾ ਸਮਾਜ ਹੈਗਾ ਉਹ ਇੱਕ ਵਧੀਆ ਸਮਾਜ ਬਣੂ, ਕੰਟਰੀ ਜਿਹੜੀ ਆ ਉਹ ਵਧੀਆ ਕੰਟਰੀ ਬਣੂਗੀ। ਸੋ ਬੱਚਿਆਂ 'ਤੇ ਫੋਕਸ ਕਰਨਾ ਚਾਹੀਦਾ, ਅਤੇ ਆ ਆਪਣੇ ਕੋਲ ਪਰਫੈਕਟ ਐਗਜ਼ਾਮਪਲ ਹੈਗੀ ਜੱਸੀ ਦੀ, ਨੋ ਚੈਲੇਂਜਸ ਦੈਟ ਹੀ ਵੈਂਟ ਥਰੂ ਇਨ ਹਿਜ਼ ਲਾਈਫ, ਉਹਦੇ ਬਾਵਜੂਦ ਵੀ ਜਦੋਂ ਅੱਜ ਦੇਖਦੇ ਹੈਗੇ ਹਾਂ ਤਾਂ ਸਾਨੂੰ ਚਾਅ ਚੜ੍ਹ ਜਾਂਦਾ ਵਾ ਇਹਨੂੰ ਮਿਲ ਕੇ ਵੀ। ਇਹ ਨਹੀਂ ਆ ਵੀ ਇਕੱਲਾ ਇੱਕ ਨੇ ਤਰੱਕੀ ਹੋਈ ਕੀਤੀ ਆ, ਪਰ ਜਦੋਂ ਉਹਨੂੰ ਐਜ ਏ ਪਰਸਨ ਵੀ ਮਿਲਦੇ ਆ, ਇੱਕ ਇਨਸਾਨ ਵੀ ਬਹੁਤ ਵਧੀਆ ਹੈਗਾ। ਸੋ ਜਿੱਥੇ ਇੱਕ ਵਧੀਆ ਉਹ ਗੋਲਡ ਮੈਡਲਿਸਟ ਰਿਹਾ ਵਾ ਹੈਗਾ ਵਾ, ਉਹਦੇ ਨਾਲ ਨਾਲ ਜਿਹੜਾ ਹੈਗਾ ਇੱਕ ਵਧੀਆ ਇਨਸਾਨ ਵੀ ਆ ਔਰ ਵਧੀਆ ਰੂਹ ਵੀ ਆ। ਥੈਂਕ ਯੂ ਸੁੱਖ ਜੀ, ਤੁਸੀਂ ਸਾਡੇ ਨਾਲ ਇੱਦਾਂ ਬਣੇ ਰਿਹਾ ਕਰੋ, ਤੁਹਾਨੂੰ ਇੱਦਾਂ ਦੀਆਂ ਸ਼ਖਸੀਅਤਾਂ ਜਿਹੜੀਆਂ ਮਹਾਨ ਆ ਅਸੀਂ ਉਹਨਾਂ ਨੂੰ ਤੁਹਾਨੂੰ ਮਿਲਾਉਂਦੇ ਰਹਾਂਗੇ। ਦੇਖੋ ਇੱਦਾਂ ਦੇ ਹੋਣਹਾਰ ਜਿਹੜੇ ਲੜਕੇ ਆ, ਤੁਸੀਂ ਵੀ ਬੱਚਿਆਂ ਨੂੰ ਇੱਦਾਂ ਗੇਮਾਂ 'ਚ ਪਾਓ। ਥੈਂਕ ਯੂ ਜੀ, ਬਹੁਤ ਬਹੁਤ ਧੰਨਵਾਦ ਜੀ ਤੁਹਾਡਾ। ਅੱਜ ਜੱਸੀ ਵਰਲਡ ਪੁਲਿਸ 'ਚੋਂ ਜੋ ਗੋਲਡ ਮੈਡਲ ਲੈ ਕੇ ਆਇਆ, ਪਿਛਲੇ ਸਾਲ ਵੀ ਐਤਕੀ ਵੀ, ਤਾਂ ਉਹਦੀ ਇਹ ਪਾਰਟੀ ਆ ਖੁਸ਼ੀ 'ਚ, ਤਾਂ ਇੱਕ ਪਾਰਟੀ ਉਹਦੇ ਜਿਹੜੇ ਘਰਦਿਆਂ ਵੱਲੋਂ ਸਰਪ੍ਰਾਈਜ਼ ਆ ਜਿਹੜੀ ਉਹਦੇ ਲਈ,
ਉਹ ਹੈ ਜੀ ਇਹਦਾ ਹੈਪੀ ਬਰਥਡੇ ਸੀ ਕੱਲ੍ਹ ਜਿੱਦਾਂ 19 ਤਰੀਕ ਦਾ ਤਾਂ ਅੱਜ ਉਹਦਾ ਵੀ ਇਹ ਕੇਕ ਕੱਟ ਰਹੇ ਆ ਤਾਂ ਸਾਰੇ ਇਹਦੇ ਜਿਹੜੇ ਰਿਸ਼ਤੇਦਾਰ ਆ ਸਾਰੇ ਇੱਥੇ ਇਕੱਠੇ ਹੋਏ ਆ ਤਾਂ ਸਾਰਿਆਂ ਨਾਲ ਗੱਲ ਕਰਾਵਾਂਗੇ ਆਪਾਂ ਬਾਅਦ 'ਚ ਵੀ ਤਾਂ ਤੁਸੀਂ ਸਾਡੇ ਨਾਲ ਇੱਦਾਂ ਹੀ ਬਣੇ ਰਹੋ ਜੱਸੀ ਦੇ ਨਾਲ ਜਿਹੜੇ ਆ ਸਾਰੇ ਰੈਸਲਰ ਆ ਅੱਜ ਜੱਸੀ ਦੀ ਪਾਰਟੀ 'ਚ ਸਾਰੇ ਆਏ ਵਾ ਜੱਸੀ ਕਿੱਦਾਂ ਲੱਗਦਾ ਜਿੱਦਾਂ ਸਾਰੇ ਪਰਿਵਾਰ ਸਾਰੇ ਰਿਸ਼ਤੇਦਾਰ ਤੇਲੇ ਇੰਨਾ ਸੈਲੀਬ੍ਰੇਟ ਕਰ ਰਹੇ ਆ ਕਿੱਦਾਂ ਅੱਜ ਲੱਗ ਰਿਹਾ ਤੁਹਾਨੂੰ ਭਾਈ ਬਹੁਤ ਵਧੀਆ ਲੱਗਦਾ ਅਤੇ ਮੈਨੂੰ ਪਤਾ ਨਹੀਂ ਸੀ ਇੰਨਾ ਕੁਛ ਉਹਨਾਂ ਨੇ ਤਿਆਰ ਕੀਤਾ ਹੋਇਆ ਅਤੇ ਬਹੁਤ ਵਧੀਆ ਲੱਗਦਾ ਮੈਂ ਯੂਨੋ ਫੈਮਿਲੀ ਫਰੈਂਡਸ ਆਪਣੇ ਯਾਰ ਦੋਸਤ ਸਾਰੇ ਆਏ ਹੋਏ ਆ ਅਤੇ ਇਹੋ ਜਿਹੀਆਂ ਖੁਸ਼ੀਆਂ ਕਦੇ ਕਦੇ ਆਉਂਦੀਆਂ ਅਤੇ ਸਾਨੂੰ ਤਾਂ ਬਹੁਤ ਵਧੀਆ ਲੱਗਦਾ ਇਹਦੇ 'ਚ ਤੈਨੂੰ ਲੱਗਦਾ ਵੀ ਤੂੰ ਵਾਕਿਆ ਤੇ ਪ੍ਰਾਊਡ ਕਰਨ ਵਾਲੀ ਗੱਲ ਆ ਤੂੰ ਨਿੱਕਾ ਹੁੰਦਾ ਆਪਣੀ ਇੰਨੀ ਮਿਹਨਤ ਲਾ ਕੇ ਇੰਨੇ ਮੁਕਾਮ 'ਤੇ ਪਹੁੰਚਾ ਤੂੰ ਹਾਂਜੀ ਯਹਾਂ ਪਰ ਮੈਂ ਇਕੱਲਾ ਨਹੀਂ ਪਹੁੰਚਾ ਨਾ ਮੇਰੇ ਕਈ ਬੰਦਿਆਂ ਦੀ ਮਦਦ ਨਾਲ ਪਹੁੰਚਿਆ ਇੱਥੇ ਮੰਮੀ ਡੈਡੀ ਤੁਸੀਂ ਹੋਏ ਆਪਣੇ ਜਿੰਨੇ ਵੀ ਇੱਥੇ ਆਏ ਹੋਏ ਸਾਰਿਆਂ ਦਾ ਕੋਈ ਨਾ ਕੋਈ ਹਿੱਸਾ ਆ ਨਾ ਆਪਣੀ ਸਕਸੈਸ 'ਚ ਤੁਹਾਨੂੰ ਪਤਾ ਇੱਥੇ ਆਪਾਂ ਕੋਈ ਟੂਰਨਾਮੈਂਟ 'ਤੇ ਜਾਣਾ ਹੋਵੇ ਆਪਣੀ ਟਿਕਟ ਰਹਿਣ ਦਾ ਖਰਚਾ ਆਪਣੇ ਵੱਲੋਂ ਹੀ ਦੇਣਾ ਪੈਂਦਾ ਹੁੰਦਾ ਮੋਸਟਲੀ ਅਤੇ ਆਪਣੇ ਇੱਥੇ ਜਿੰਨੇ ਵੀ ਲੋਕ ਆਏ ਹੋਏ ਆ ਇਹਨਾਂ ਨੇ ਬਿਨਾਂ ਪੁੱਛੇ ਆਪਣੀ ਹੈਲਪ ਕੀਤੀ ਸੀ ਕਿਆ ਬਾਤ ਹੈ ਅਤੇ ਤਾਂ ਹੀ ਆਪਾਂ ਫਿਰ ਉਹਨਾਂ ਨੂੰ ਸੱਦ ਕੇ ਆਪਾਂ ਕਿਹਾ ਆਪਣੀ ਖੁਸ਼ੀ ਸ਼ੇਅਰ ਕਰੀਏ ਸਾਰਿਆਂ ਨਾਲ ਵੈਰੀ ਗੁੱਡ ਤੁਹਾਨੂੰ ਕਿੱਦਾਂ ਲੱਗਦਾ ਤੁਹਾਡੇ ਹਸਬੈਂਡ ਨੂੰ ਇੰਨੇ ਪਰਿਵਾਰ ਸਾਰਾ ਰਿਸ਼ਤੇਦਾਰ ਹੈ ਇੰਨਾ ਪ੍ਰਾਊਡ ਹੈ ਇਹਨਾਂ 'ਤੇ ਤਾਂ ਤੁਹਾਨੂੰ ਕਿੱਦਾਂ ਮਹਿਸੂਸ ਹੁੰਦਾ ਬਹੁਤ ਖੁਸ਼ੀ ਆ ਸਾਰੇ ਬਹੁਤ ਹੈਪੀ ਨੇ ਮੈਂ ਵੀ ਇਹਨੂੰ ਦੇਖ ਕੇ ਮੈਚ ਜਿੱਤਦੇ ਹੋਏ ਬਹੁਤ ਪ੍ਰਾਊਡ ਫੀਲਿੰਗ ਆਉਂਦੀ ਆ ਕਰਕੇ ਅਸੀਂ ਦੇਖਦੇ ਹਾਂ ਵੀ ਕਿੰਨਾ ਕੰਮ ਕਰਦਾ ਕਿੰਨੀ ਹਾਰਡਵਰਕ ਕਰਦਾ ਹਰੇਕ ਦਿਨ ਸੋ ਦੇਖ ਕੇ ਜਦੋਂ ਇਹਨੂੰ ਇਹੋ ਜਿਹੇ ਅਵਾਰਡ ਮਿਲਦੇ ਆ ਬਹੁਤ ਖੁਸ਼ੀ ਹੁੰਦੀ ਆ ਤੁਸੀਂ ਹੋਰ ਕੀ ਕਹਿਣਾ ਚਾਹੁੰਦੇ ਹੋ ਆਪਣੇ ਵੱਲੋਂ ਜਿੱਦਾਂ ਜੱਸੀ ਦੀ ਜਿੰਨੀ ਸਿਫਤ ਕਰ ਲਓ ਕਹਿਣਾ ਵੀ ਉਨੀ ਥੋੜ੍ਹੀ ਆ ਸਾਡੇ ਵੱਲੋਂ ਤਾਂ ਅਤੇ ਤੁਸੀਂ ਕੀ ਇਹਦੇ ਬਾਰੇ ਹੋਰ ਕਹਿਣਾ ਚਾਹੁੰਦੇ ਹੋ ਤੁਹਾਨੂੰ ਫੈਮਿਲੀ ਨੂੰ ਕਿੱਦਾਂ ਲੱਗਦਾ ਨਾਈਸ ਲੱਗਦਾ ਸਾਰਾ ਕੰਮ ਮਿਹਨਤੀ ਬਹੁਤ ਆ ਅਤੇ ਉੱਦਾਂ ਪ੍ਰਾਊਡ ਫੀਲਿੰਗ ਵੀ ਬਹੁਤ ਆ ਵੀ ਹਾਰਡਵਰਕ ਬਹੁਤ ਕਰਦਾ ਆ ਪਰ ਦਿਲੋਂ ਬਹੁਤ ਚੰਗਾ ਆ ਬਹੁਤ ਪਿਆਰ ਵੀ ਕਰਦਾ ਆ ਸਾਰਿਆਂ ਦੀ ਕੇਅਰ ਕਰਦਾ ਆ ਜਿੰਨੀ ਇਹ ਦੂਜਿਆਂ ਬਾਰੇ ਸੋਚਦਾ ਆ ਉਹ ਮੈਨੂੰ ਫੀਲਿੰਗ ਸਭ ਤੋਂ ਜ਼ਿਆਦਾ ਮੈਨੂੰ ਪ੍ਰਾਊਡ ਹੁੰਦੀ ਆ ਵੀ ਇਹ ਦੂਜਿਆਂ ਦੀ ਕਿੰਨੀ ਕੇਅਰ ਕਰਦਾ ਆ ਵੈਰੀ ਗੁੱਡ ਜੱਸੀ ਸੈਨ ਤੈਨੂੰ ਕਿੱਦਾਂ ਲੱਗਦਾ ਜਿੱਦਾਂ ਤੁਹਾਨੂੰ ਮੈਨੂੰ ਲੱਗਦਾ 9 ਈਅਰ ਹੋ ਗਿਆ ਤੁਹਾਨੂੰ ਹੈ ਨਾ ਵੀ ਉਹ ਤੋਂ ਬਾਅਦ ਤੇਰੀਆਂ ਪ੍ਰਾਪਤੀਆਂ ਹੋਰ ਸ਼ੁਰੂ ਹੋਈਆਂ ਦਿਨ ਤੋਂ ਦਿਨ ਤੋਂ ਦਿਨ ਦੁੱਗਣੀ ਰਾਤ ਚੌਗਣੀ ਤੂੰ ਤਰੱਕੀ ਕੀਤੀ ਆ ਕੀ ਕਹਿਣਾ ਚਾਹੁੰਦਾ ਆਪਣੇ ਪਰਿਵਾਰ ਬਾਰੇ ਕੋਈ ਉਹ ਆਪਾਂ ਲੱਕੀ ਆਪਣੇ ਨਾਲ ਬਹੁਤ ਹੀ ਵਧੀਆ ਬੰਦੇ ਆਪਣੀ ਸਰਕਲ 'ਚ ਹੈ ਨਾ ਅਤੇ ਵਾਹਿਗੁਰੂ ਦਾ ਧੰਨਵਾਦ ਹੀ ਕਰਦੇ ਹਾਂ ਮੇਰੀ ਵਾਈਫ ਵੱਲੋਂ ਵੀ ਪੂਰੀ ਸਪੋਰਟ ਆ ਜਦੋਂ ਹੁਣ ਮੈਂ ਤੁਹਾਨੂੰ ਦੱਸਿਆ ਸੀ ਆਪਾਂ ਹਾਸੇ 'ਚ ਜਦੋਂ ਅਸੀਂ ਪਹਿਲਾਂ ਇੱਕ ਵਾਰੀ ਮਿਲੇ ਸੀ ਕਿ 2-3 ਹਫ਼ਤੇ ਲੰਘ ਗਏ ਸੀ ਅਸੀਂ ਕਦੇ ਡੇਟ 'ਤੇ ਨਹੀਂ ਜਾ ਸਕਦੇ ਕਿਉਂਕਿ ਮੇਰੇ ਮੈਚ 'ਚ ਸੀ ਇੰਨੇ ਅਤੇ ਕਦੇ ਕਦੇ ਮਿਲ ਹੁੰਦਾ ਸੀ ਪਰ ਇਹਨਾਂ ਨੇ ਕਦੇ ਮੈਨੂੰ ਇੱਦਾਂ
मेरा नहीं मारे ना कदे अपसैट होए, हमेशा मेरा साथ ही दिता। तो कोई कोई इन्हों इन्नी सपोर्ट दे सकता, तो मैं तो बहुत लक्की फील करता। हाँ जी, थैंक यू। साडे वालों भी इदा तुहाडा बहुत जिहड़ा आने वाला समा भी आ खुशियां भरा लंघे। एंड च तुहानू लहिंदे पंजाब दा चढ़दे च सारे देख रहे हैं इस टाइम, तुसीं की मैसेज देना चाहुंदे आ दोनों कट्ठे? पहला तुसीं दस दो। बस सारिया का थैंक यू, तुम सारे इन्नी सपोर्ट दिखाने, खुशी विच खुशी थोनू मिलती है, तो वो सारी सपोर्ट देख के सामने भी बहुत खुशी मिलती है। थैंक यू, थैंक यू। जैसे तू बस इन्ना ही भाई थोड़ा थैंक यू। तो जो तुम हम यूट्यूब चैनल चलाया, तुसी वीडियो पाउंदे आ, तो साढ़े लिए भी लाइफ टाइम मैमरी रहिंदी आ, है ना। तुसी अज एफर्ट करके बनाती आ, हुण इह लाइफ टाइम उत्थे रहनी आ। असी 10 साल 15 साल देखोंगे फिर, तो सानू उही खुशियां जो अज आ फिर फील होगियां। ते तुहाडा धन्नवाद आ, ते जिन्हें भी कॉमेंट लिखते आ लाइक करते आ उन्हां दा भी थैंक यू करके, असी जिन्ना मर्जी वड्डा सुपर स्टार होवे, असी तां छोटे हाँ, वह भी कॉमेंटा पढ़ते होंगे आ, ते जिन्हां ने वधिया कुछ लिखिया उन्हां दा भी थैंक यू। थैंक यू पहलवान, गुड लक थोड़े लिए आने वाला समा। थैंक यू।